ਆਓ ਫਿਰ ਹੁਣ ਲਾਲਾ ਜੀ ਆਪਣਾ ਰਿਪੋਰਟ ਲਿਖ ਲਈ ਕੀ ਕਹਿੰਦੇ ਅੱਛਾ ਲਾਲਾ ਜੀ ਸਭ ਤੋਂ ਪਹਿਲੇ ਆਪਣਾ ਨਾਮ ਸੋਨਾ ਕਿਤਨਾ ਸੋਨਾ ਹੈ ਸੋਨੇ ਜੈਸਾ ਮੇਰਾ ਮਨ ਤੂੰ ਮੇਰੀ ਤੂੰ ਮੇਰਾ ਤੂੰ ਮੇਰੀ ਤੂੰ ਮੇਰਾ ਤੂੰ ਮੇਰਾ ਤੇਰਾ 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 ਹੈ ਕਿਆ ਸੋਨਾ ਕਿਤਨਾ ਸੋਨਾ ਹੈ ਸੋਨੇ ਸਭ ਤੋਂ ਗੰਦਾ ਤੇਰਾ ਮਨ ਜਾਨ ਨਾਲ ਤੂੰ ਆਪਣੀ ਸ਼ਕਲ ਦੇਖ ਲੈ ਚੌਂਕ ਚ ਜਿੱਦਾਂ ਪਿਆ ਹੋਇਆ ਗੰਦ ਤੇਰਾ ਤੇਰਾ ਕਰ ਹੁਣ ਤੇਰਾ 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 ਕਿਹੜਾ ਕੰਮ ਚਪੇੜਾ ਮਾਰ ਮਾਰ ਕੇ ਦੇਖੀ ਤੇਰੇ ਦੋਰੇ ਕਰਦੇ ਨੇ ਦੋਨੋਂ ਕੰਨ ਨਹੀਂ ਸਰ ਤੂੰ ਮੱਲੇਦਾ ਤੂੰ ਮੱਲੇਦਾ ਤੂੰ ਮੱਲੇਦਾ ਗੰਦਾ ਗਟਰ ਗੰਦ ਮਾਰੇ ਗੰਦ ਮਾਰੇ ਇਹ ਗੰਦਾ ਪਾਣੀ ਗਟਰ ਕਾ ਗੰਦ ਸੁਣਾਓ ਸੁਣਾਓ ਬੱਚਾ ਸੁਣਾਓ ਪਾਣੀ ਨੰਗਿਆ ਨਾ ਗਾਂ ਪਿਛਾ ਮਰ ਜਾਣਾ ਉਸ ਪਾਣੀ ਦਾ ਮੂੰਹ ਧੋ ਗਿਆ ਫਿਰ ਗੱਲ ਕਰ ਮੈਂ ਗਟਰ ਚ ਮੂੰਹ ਪਿਛਾ ਕੇ ਕਹਿੰਦੀ ਉਹਨੇ ਹੈਗਾ ਕੋਈ ਮਰ ਜਾਣਾ ਕਿਸੇ ਕਾਲੇ ਅੰਪਾਇਰ ਦੇ ਨਾ ਤੂੰ ਥੱਲੇ ਲੱਭਣ ਕਿਹਨੂੰ ਜਾਂਦੀ ਹੈ ਕਿਉਂ ਪੁੱਛਦੀ ਹੈ ਕੋਈ ਹੈਗਾ ਕਿ ਨਹੀਂ ਹੈਗਾ ਹਾਈ ਸਰ ਉਹ ਤੇ ਵੈਸੇ ਮੇਰੇ ਪੈਸੇ ਵੀ ਡਿੱਗੇ ਹੁੰਦੇ ਕਈ ਵਾਰੀ ਫਿਰ ਮੈਂ ਦੇਖਿਆ ਮੈਂ ਸੱਚੀ ਕਹਿਣਾ ਇਹ ਰਹਿੰਦੀਆਂ ਗੱਟਰ ਤੇ ਆ ਇੱਥੇ ਕਿਵੇਂ ਆ ਗਈਆਂ ਉਹ ਛੱਡੋ ਆਪਣਾ ਕੀ ਨਾਂ ਤੁਹਾਡਾ ਬਜਿੱਤਰ ਜੀ ਇਹ ਗੱਲ ਛੱਡੋ ਮੈਨੂੰ ਅੱਛਾ ਇਹ ਦੱਸੋ ਕਿ ਅਕਲ ਸੋਨੇ ਦਾ ਭਾਅ ਕੀ ਚੱਲਣ ਡਿਆ ਸੋਨੇ ਦਾ ਭਾਅ ਜੀ 3200 ਉਹ ਭਾਅ ਕੀ ਚੱਲਣ ਡਿਆ ਕਿਹੜੇ ਸੋਨੇ ਦੀ ਗੱਲ ਕੀਤੀ ਆ ਸੋਨਾ ਮੇਰਾ ਮਨ ਵੀ ਹੈ ਨਾ ਮੈਂ ਇਹਦੀ ਗੱਲ ਕਰਨ ਡਿਆ ਤੇਰਾ ਕੀ ਮਨ 32 ਰੁਪਏ ਦਾ ਬਸ ਇਦਾਂ ਹੀ ਜਸਟ ਕਿਡਿੰਗ ਉਹ 10 ਰੁਪਏ ਕੀ ਭਾਅ ਚੱਲਣ ਡਿਆ 32000 32000 ਜੀ ਜੀ 32000 ਨੂੰ ਕੀ ਤੋਲਾ ਤੈਨੂੰ ਸੱਚੀ ਪਤਾ ਕਿ ਤੂੰ ਉਦਾਂ ਕਹਿਤਾ ਤੋਲਾ ਨਹੀਂ ਤੈਨੂੰ ਇੰਨਾ ਪਤਾ ਇਸ ਨਿਆਰਾ ਮਹਿੰਗਾ ਲੱਗਦਾ ਜੀ ਥੋੜਾ ਜਿਹਾ ਤੂੰ ਦੱਸ ਕੀ ਪਾਇਆ ਮੈਂ ਤਾਂ ਸੈਲਰੀ ਬਚਾ ਕੇ ਬਣਵਾਈ ਵੀ ਆ ਚੈਨੀ ਮੈਂ ਸੁਣਿਆ ਮੈਂ ਅਖਬਾਰ 'ਚ ਪੜਿਆ ਸੀ ਹੈਂ ਅਖਬਾਰ 'ਚ ਪੜਿਆ ਸੀ ਕਿੱਥੋਂ ਮਿਲ ਗਈ ਅਖਬਾਰ ਤੈਨੂੰ 25 ਰੁਪਏ ਤਾਂ ਜੇਬ 'ਚ ਨਹੀਂ ਹੁੰਦੀ ਤੇਰੇ ਮੈਂ ਇੱਕ ਨਿਆਣੇ ਦੀ ਅਖਬਾਰ ਉਹਦੇ ਤੇ ਕਾਪੀ ਤੇ ਚੜੀ ਸੀ ਅਖਬਾਰ ਅੱਛਾ ਉਹਦੇ ਤੇ ਦੇਖਿਆ ਸੀ ਮੈਂ ਕੀ ਕਿੰਨਾ ਸੀ 28 ਦੇ ਨੇੜੇ ਤੇੜੇ ਸੀ 28000 ਠੀਕ ਆ ਠੀਕ ਆ ਇਹ 4 ਤੋਲੇ ਸੋਨਾ ਹੋਵੇ ਤੇ ਕਿੰਨਾ ਬਣ ਜਾਂਦਾ ਲਾ ਲਓ ਜਾ ਵਾਪੀ ਤੁਹਾਨੂੰ ਕੀ ਤੁਹਾਡੀਆਂ ਉਂਗਲਾਂ ਖਰਾਬ ਹੋ ਗਏ ਤੁਹਾਡਾ ਕੈਲਕੂਲੇਟਰ ਅਸੀਂ ਲੋਕਾਂ ਤੋਂ ਹਿਸਾਬ ਲਵਾ ਕੇ ਉਹਨਾਂ ਨੂੰ ਪੈਸੇ ਦੇ ਦਈਦੇ ਆ ਉਹਨਾਂ ਤੇ ਪੈਸੇ ਲੈ ਲਈਦੇ ਲੱਗ ਗਿਆ ਕਿਦਾਂ ਦਾ ਸੁਨਿਆਰਾ ਮੈਨੂੰ ਲੱਗ ਰਿਹਾ ਹੌਲੀ ਹੌਲੀ ਪਤਾ ਕਰਨਾ ਤੇਰੀ ਤਫਤੀਸ਼ ਹੈ ਲਓ ਸਤਿ ਸ਼੍ਰੀ ਅਕਾਲ ਜੀ ਆ ਸਰ ਟੀਵੀ ਦਾ ਵੋਲਿਊਮ ਘੱਟ ਕਰੋ ਜੀ ਸਭ ਤੋਂ ਪਹਿਲਾਂ ਹਾਂ ਜੀ ਘੱਟ ਦਿੱਤੇ ਬੰਦ ਕਰ ਘੱਟ ਕਰ ਲਈ ਹਾਂ ਹਾਂ ਹੋਰ ਜੀ ਪਾਲੀ ਸਾਹਿਬ ਸਭ ਵਧੀਆ ਜੀ ਸਭ ਵਧੀਆ ਤੁਸੀਂ ਸੁਣਾਓ ਸਰ ਉਹ ਗੱਲ ਸੁਣੋ ਵੀ ਇਹ ਜਿਹੜਾ ਤੁਸੀਂ ਪੰਜਾਬੀ ਸ਼ਬਦ ਕੀਤਾ ਇਹ ਕਿਉਂ ਕੀਤਾ ਕੀ ਕੀਤਾ ਕੁਝ ਕੀਤਾ ਤੇ ਕਿਉਂ ਕੀਤਾ ਕੀ ਕੀਤਾ ਪਤਾ ਨਹੀਂ ਲੱਗਾ ਕੀ ਕੀਤਾ ਪੰਜਾਬੀ ਕੀ ਕੀਤਾ ਜਸ ਹਿੰਦੀ ਜੋ ਬਣਾਇਆ ਜਸ ਪੰਜਾਬੀ ਕਰੋ ਤੇ ਜਸ ਪੰਜਾਬੀ ਵੀ ਚੱਲਣ ਨਹੀਂ ਡਿਆ ਜੀ ਜਸ ਪੰਜਾਬੀ ਆ ਦੇਖੋ ਜਸ ਪੰਜਾਬੀ ਤੇ ਤੁਸੀਂ ਲਾਇਆ ਫੋਨ ਜਸ ਹਿੰਦੀ ਵੀ ਸ਼ੁਰੂ ਹੋ ਗਿਆ ਅਗੇ ਦੁਨੀਆ ਕਹਿ ਰਹੀ ਹੈ ਜਸ ਹਿੰਦੀ ਕਰੋ ਕਰਨਾ ਕੀ ਹੈ ਜਸ ਹਿੰਦੀ ਕਿ ਜਸ ਪੰਜਾਬੀ ਜਸ ਪੰਜਾਬੀ ਚਾਹੀਦਾ ਤੇ ਇਸ ਗੱਲ ਨੂੰ ਜੇ ਜਸ ਵੀਰ ਗੁੱਸਾ ਮੰਨ ਗਿਆ ਫਿਰ ਨਹੀਂ ਗੁੱਸਾ ਮੰਨੇ ਜੋ ਜਲਾਬਾ ਪੰਜਾਬੀ ਆ ਤਾਂ ਜਸ ਪੰਜਾਬੀ ਕਰੋ ਉਹ ਤੇ ਹਿੰਦੀ ਚ ਦੇਖੋ ਮੇਰੀ ਗੱਲ ਸੁਣੋ ਆਪਣਾ ਕੀ ਦੱਸਿਆ ਨਹੀਂ ਦੱਸਿਆ ਨਹੀਂ ਸ਼ਕੁੰਤਲਾ ਜੀ ਮੈਂ ਮੇਰੇ ਹਿਸਾਬ ਨਾਲ ਕੀ ਆ ਕਿ ਆਪਣਾ ਜਿੱਥੇ ਲੋਕ ਤੁਸੀਂ ਪੰਜਾਬੀ ਰਹਿੰਦੇ ਹੋ ਤੇ ਹਿੰਦੀ ਸੁਣਨ ਵਾਲੇ ਵੀ ਲੋਕ ਨੇ ਅੱਜ ਦੇਖੋ ਤੁਸੀਂ ਆ ਸਾਡਾ ਸ਼ੋਅ ਜਿਹੜਾ ਦੇਖ ਰਹੇ ਹੋ ਜਸ ਪੰਜਾਬੀ ਤੇ ਦੇਖ ਰਹੇ ਹੋ ਨਾ ਇਸ ਟਾਈਮ ਕਿ ਜਸ ਹਿੰਦੀ ਤੇ ਦੇਖ ਰਹੇ ਹੋ ਹਿੰਦੀ ਜਸ ਹਿੰਦੀ ਤੇ ਦੇਖੋ ਔਰ ਦੇਖੋ ਤੁਹਾਨੂੰ ਤੇ ਇਹ ਚ ਸਪੈਸ਼ਲ ਫੀਲ ਹੋਣਾ ਚਾਹੀਦਾ ਕਿ ਪੂਰਾ ਚੈਨਲ ਹਿੰਦੀ ਦਾ ਔਰ ਤੁਹਾਡੇ ਲਈ ਸਪੈਸ਼ਲੀ ਜਸ ਪੰਜਾਬ ਹਿੰਦੀ ਦੇ ਉੱਤੇ ਪੰਜਾਬੀ ਸ਼ੋਅ ਚੱਲ ਰਿਹਾ ਦੇਖੋ ਕੈਸੀ ਗੱਲ ਉੱਤੇ ਕੀ ਆ ਉਹ ਨਾ ਪੜਿਆ ਕਰੋ ਉੱਤੇ ਬੇਸ਼ੱਕ ਬਣਿਆ ਸੋਚ ਕਰੋ ਜਸ ਪੰਜਾਬੀ ਲਿਖਿਆ ਫੀਲ ਹੀ ਲੈਣੀ ਹੈ ਜਸ ਹਿੰਦੀ ਵੀ ਤੁਹਾਡੇ ਲਈ ਵੀ ਸ਼ੁਰੂ ਕੀਤਾ ਤੁਹਾਨੂੰ ਤੁਹਾਡੀ ਹਿੰਦੀ ਇੰਨੀ ਵੀ ਤੇ ਖਰਾਬ ਨਹੀਂ ਹੋਣੀ ਬੋਲੋ ਹਿੰਦੀ 'ਚ ਗੱਲ ਕਰੋ ਯਾਰ ਮੇਰੇ ਨਾਲ ਆ ਜੁੜੇ ਨਾਲ ਗੱਲ ਕਰੋ ਹਿੰਦੀ ਨਾਲ ਆਪ ਕੈਸੇ ਹੈ ਲਓ ਜੀ ਪੁੱਤਰ ਉਹਨਾਂ ਦੀ ਤੇ ਮੈਂ ਲਾ ਲਿਆ ਹਿਸਾਬ ਕੀ ਜਿਹੋ ਜਿਹੀ ਹੋਣੀ ਤੂੰ ਤਾਂ ਅੱਗੋਂ ਵੈਸੇ ਖਲਾਰਾ ਪਾਤਾ ਤੇ ਇਹੀ ਪੁੱਛੀਦਾ ਆਪ ਕੈਸੇ ਹੈ ਪੁੱਛ ਦੁਬਾਰਾ ਆਪ ਕੈਸੇ ਹੈ ਠੀਕ ਹਮ ਵੀ ਅੱਛੇ ਹਮ 5 ਜਣੇ ਆ 4 ਜਣੇ
वो अच्छे है तो अहीं चार जने नहीं अच्छे मतलब ठीक हैं वो अच्छा ठीक हैं और भी कुछ पूछो के यही दो चार वर्ड आते हैं तुम्हें आप कितों बोल हो आप कहां से बोलते हो आप कहां से बोलते हो हम मुंह से बोलते हैं तो तुम्हें क्या लगा कि उनको कोई बकरी जगह दी हुई है भगवान ने नहीं वो जगह केड़ी तो बोल दिया जगह जगह इधर प्लाट नहीं फ्री जड़ा ओथों बोल दे स्थान स्थान ओए मैं तेरा वेयर आर यू फ्रॉम वाह वाह लाला जी क्या बात लाला जी टहल गया टा हां आ करो जी लाला जी से बात करें हमारे वेयर आर यू फ्रॉम वेयर आर यू फ्रॉम हेलो लो जी इधर सारी किताब पढ़ छड़ी ते इधर हेलो चलन दे इतनी बारी कह तो फ्रॉम ही निकल जाना कल्ला चलो शुक्रिया जी बहुत बहुत धन्यवाद सर तुसी फोन कीता पर जस हिंदी और जस पंजाबी ये दोनों तुहाडे लई है जी जे जरा मर्जी देखया करो मेन गल ए है कि तुसी शो नु एंजॉय करना और अपने चेहरे ते जेड़ी ये मुस्कुराहट ल्यावणी है खुश रहना यही मेन मुद्दा भावे शो कीते भी आए आही तो पंजाबी च लगे होए ना क्यों सही कहा मैंने बिल्कुल सही तार पीन दे मुंह वाली सही कहा हां वो एक एक अंकल जी ने कहा था गाना सुननी हैगी हां एक ओए पंजाबी ज रहा तेरे मैं तौं च मारनी अंकल जी ने कोई बात नहीं हो जाता है कहीं कहीं हां सुनाओ मैं थोड़ी हां आप अरे लाला जी आपको गाना आता है आता है पहले मेरे डाकू का तो मसला हल कर दो वो मसला हम हल कर देंगे उनको मसाला दे आएंगे थोड़ा सा खुद ब खुद हल हो जाएगा हां क्या हुआ फोन आ रहा है आपका फोन आ रहा है उनको बोलो नहीं हम यहां पे नहीं है चलो फिर यहां रख दो रुक जाओ फिर फोन सुन लेते हैं हेलो हेलो ससरी काल जनाब ओ बल्ले बल्ले ससरी काल जी की हाल चाल है जी चेहरे ते नूर नहीं देखिया है मैं क्या दसो लाला जी केड़ा काम कर दे सोने दा बत्ती बत्ती बहुत महंगा लाया जे आ जाओ इधर सस्ता ला जाएंगे हां जी बुज्जी बत्ती अरगा मुंह है ना 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 ता बत्ती रखया ओदा 28 चलन दे मेरा दादा कहंदा सी बत्ती दंदा ते बत्ती रख लो अच्छा संभाल ले ही अच्छी गल है जी अच्छी गल है थैंक यू सो मच बहुत बहुत शुक्रिया इहदा तुहाडे लई ए वधिया तुहानू बहुत वधिया कीता बहुत वधिया कीता मैं बस एदा सिक्योरिटी गार्ड दी नौकरी देनी तन्नू नहीं नहीं मैं भुलैणी तुहानू याद आ मैनू ही सत श्री अकाल ठीक है ठीक है मैं साल होर भी कर ला लो फिर कल करांगा ते लव यू भैन नाल नहीं गल करनी हां जी हुन ते रखड़ी होना जी की हाल है लव यू भैन वधिया वीरे तुसी सुनाओ किद्दां फिर दस रखड़ी आउण दई लव यू भैन मेरी भैन नहीं कोई हैगी चल रखड़ी तू ही भैन दी मैनू देखो फिर ਭੈਣ ਦੇ ਵਿਆਹ ਦਾ ਚਾਹ ਹੁੰਦਾ ਵੀਰਾਂ ਨੂੰ ਇਹਦੇ ਕੋਲ ਇੰਨੇ ਪੈਸੇ ਨੇ ਖੱਖੜੀ ਭੇਜ ਦੇਣੀ ਹੈ ਮਰ ਜਾਣਾ ਚਰਖੜੀ ਵਰਗਾ ਮੂੰਹ ਤੇ ਰੱਖ ਠੀਕ ਆ ਹੋਰ ਜਨਾਬ ਕੀ ਹਾਲ ਚਾਲ ਗੁਰਦਾਸਪੁਰੀਓ ਉਹ ਬਹੁਤ ਵਧੀਆ ਜੀ ਬਹੁਤ ਵਧੀਆ ਥੈਂਕ ਯੂ ਸੋ ਮੱਚ ਬਹੁਤ ਬਹੁਤ ਗੁਰਦਾਸਪੁਰੋਂ ਕਿਹੜੇ ਪਿੰਡ ਹੋ ਤੁਸੀਂ ਚਲੋ ਠੀਕ ਹੈ ਫੇਰ ਸਹੀ ਹਾਂ ਮੈਂ ਕਹਿੰਦਾ ਸੀ ਲਾਲਾ ਜੀ ਵੈਸੇ ਜੇ ਤੁਹਾਨੂੰ ਡਾਕੂ ਵੀ ਪੈਂਦੇ ਮੈਨੂੰ ਲੱਗਦਾ ਤੁਸੀਂ ਆ ਤਾਂ ਵੀ ਕਰੀ ਜਾਣਾ ਫਿਰ ਤਾਂ ਤੁਹਾਨੂੰ ਖੁਸ਼ੀਆਂ ਚੜੀਆਂ ਹਰ ਪਾਸੇ ਕੱਲ ਸਾਨੂੰ ਡਾਕੂ ਪੈ ਗਏ ਕਹਿੰਦੇ ਥੱਕੇ ਹੰਬੇ ਪੈਣਾ ਮੈਂ ਕਿਹਾ ਪੈ ਜਾ ਮੈਨੂੰ ਇਸ ਵੀ ਦੁਕਾਨ ਨਾਲ ਲੁੱਟ ਲੈਣੀ ਬਸ ਸੋਨਾ ਇੱਥੇ ਰੱਖਣਾ ਹੈ ਅੱਛਾ ਤੈਨੂੰ ਪੈ ਗਏ ਸਿੱਧੇ ਹਾਂ ਹਾਂ ਘੋੜਿਆਂ ਤੇ ਕਹਿੰਦੇ ਥੱਕ ਜਾਂਦੇ ਆ ਬੈਠੇ ਕਿੰਨੇ ਕਿਚਰ ਬੈਠੀਏ ਕੋਈ ਨਹੀਂ ਲੱਭ ਲਾਂਗੇ ਅਸੀਂ ਡਾਕੂ ਜਿਹੜੇ ਤੁਹਾਨੂੰ ਪਏ ਸੀ ਤੁਹਾਨੂੰ ਕੋਈ ਗਾਣਾ ਆਉਂਦਾ ਆਉਂਦਾ ਸੁਣਾਓ ਸੁਣਾਓ ਫਿਰ ਸਾਡੇ ਇੱਕ ਕਾਲਰ ਦੀ ਫਰਮਾਇਸ਼ ਪੂਰੀ ਕਰੋ ਕਰੈਕਟਰ ਚੋਂ ਨਿਕਲ ਕੇ ਪੱਕਾ ਉਹਨਾ ਗਾਣਾ ਵੀ ਦੱਸਿਆ ਸੀ ਉਹਨਾਂ ਨੇ ਛੱਲਾ ਛੱਲਾ ਹਾਂ ਛੱਲਾ ਕੌੜਾ ਛੱਡ ਦਿਓ ਕੋਈ ਨਹੀਂ ਜਾਵੋ ਨੀ ਕੋਈ ਮੋੜ ਲਿਆਵੋ ਆਹਾ ਮੇਰੇ ਨਾਲ ਗਿਆ ਅੱਜ ਲੜਕੇ ਓ ਵਾਹ ਅੱਗੇ ਤੁਸੀਂ ਵੀ ਚੱਕੋ ਜੀ ਹੋ ਅੱਲਾ ਕਰੇ ਜੇ ਆ ਜਾਵੇ ਸੋਹਣਾ ਉਹ ਦੇਵਾ ਜਾਣ
ਕਦਮਾਂ ਵਿੱਚ ਤਰ ਛੱਲਾ ਖੂਹ ਤੇ ਖੂਹ ਤੇ ਨੀ ਧਰਨਾ ਪਹਿਲਾਂ ਧਰੀਏ ਨਹੀਂ ਗਰਮ ਕਰਕੇ ਨਾ ਧਰੀਏ ਤੇਰੀ ਧੌਣ ਤੇ ਛੱਲਾ ਖਾਣਾ ਨਾ ਖਰਾਬ ਕਰ ਚੱਲ ਚੁੱਲੇ ਵਰਗਾ ਮੂੰਹ ਆ ਤੇ ਖੂਹ ਤੇ ਨੀ ਰੱਖਣ ਦਿੰਦਾ ਉਹ ਤੇਰੇ ਮੂੰਹ ਤੇ ਰੱਖ ਲਈ ਇੰਨਾ ਮੈਂ ਲਾਈਨ ਭੁੱਲ ਜਾਣੀ ਇੱਕ ਮਿੰਟ ਖੜ ਜਾਓ ਸੁਣਾ ਸੁਣਾ ਉਛੱਲਾ ਬੇਰੀ ਓਏ ਪੂਰੇ ਵਤਨ ਮਾਈ ਦਾ ਦੂਰੇ ਜਾਣਾ ਪਹਿਲੇ ਪੂਰੇ ਗੱਲ ਸੁਣ ਚੱਲਿਆ ਚੋਰਾ ਵੇ ਕਾਦਾ ਲਾਈ ਚੋਰਾ ਛੱਲਾ ਖੂਹ ਤੇ ਧਰੀਏ ਵੇ ਗੱਲਾਂ ਮੂੰਹ ਤੇ ਕਰੀਏ ਵੇ ਸੱਚੇ ਰੱਬ ਤੋਂ ਡਰੀਏ ਵੇ ਗੱਲ ਸੁਣ ਛੱਲਿਆ ਢੋਲਾ ਵੇ ਕਾਦਾ ਲਾਈ ਢੋਲਾ ਕਾਲੀਆਂ ਮਰਚਾਂ ਮੋਰਾ ਪੀ ਕੇ ਮਰਸਾਂ ਹੋਏ ਤੇਰੇ ਚਰਸਾਂ ਵੇ ਗੱਲ ਸੁਣ ਛੱਲਿਆ ਢੋਲਾ ਵੇ ਕਾਦਾ ਪਾਇਆ ਰੋਲਾ